किसान जथेबंदी ने मुड़ खोलिया मोर्चा। जलंधर च पहला तो हाईवे जाम, SKM ने भी किया धरनिया का ऐलान। किसानों से तिखी टिप्पणी कर निशाने ते आए CM मान। एक पासे जलंधर अमृतसर हाईवे ते पक्का मोर्चा ला के गन्ना किसान अपनियां मंगां दे नाल बैठे हुए ने, दूजे पासे देश भर दियां किसान जथेबंदियां ने भी अपनियां मंगां नूं लै के धरना देण दा ऐलान कर दिता है। गन्ना किसान खंड मिलना चालू करन ते गन्ने दा भाव वधाउण दी मंग कर रहे ने, तां दूजे पासे देश भर दियां किसान जथेबंदियां ने केंद्र सरकार तक अपनियां मंगां पहुंचाउण दे लई सारे सूबियां दियां राजधानियां 26 तों 28 नवंबर तक रोस मुजाहरे करन दी रणनीति उलीकी है। इस नूं लै के संयुक्त किसान मोर्चे के आगुआ ने एक प्रैस कॉन्फ्रेंस की। इस भारतीय किसान यूनियन उगराहां के प्रधान जोगिंदर सिंह उगराहां ने अपनियां मंगां की जानकारी दी। संयुक्त मोर्चा भारत के सदे से पंजाब दियां संयुक्त मोर्चे नाल जुड़िया हुई जथेबंदियां ने सांझी मीटिंग की है, तो उहदे विच 26 27 28 नवंबर का सारे हिंदुस्तान दियां राजधानियां दे विच धरने लाउण दा जिहड़ा प्रोग्राम लिखा है, उहदे च असीं भी चंडीगढ़ दे विच 3 दिन दा ते मोर्चा लाउण दा प्रोग्राम असीं लिखा है। 2-4 मंगां जिहड़ियां रहियां ने जिहनी उत्थे दिल्ली मोर्चे दौरान केस पए ने उहनां दे वापसी दी गल, लेखमपुर खीरी दे दोषियां नूं सजावां दिवाउण दी गल, उह मोर्चे दौरान शहीद होए जिहड़े किसान ने उन्होंने कंपनसेशन ते उन्होंने परिवार के जीयां नूं नौकरियां दिवाउण दी गल, ते MSP दा गरंटी कानून बनाउण दी मंग विच पाई हुई है। उहदे नाल 3 मंगां होर ने, जिहड़ा करजा किसानां दा सारा करजा खत्म कीता जावे, फसली बीमा योजना नूं गरंटड बनाया जावे, बीमा योजना लागू होवे, ते किसानां नूं ਜਿਵੇਂ 4th ਕਲਾਸ ਦੇ 4th ਦਰਜੇ ਦੇ ਮੁਲਾਜ਼ਮਾਂ ਨੂੰ ਪੈਨਸ਼ਨ ਸਕੀਮ ਹੁੰਦੀ ਹੈ, ਉਸ ਤਰ੍ਹਾਂ ਸਾਰੇ ਕਿਸਾਨਾਂ ਨੂੰ ਉਸ ਘੇਰੇ 'ਚ ਲਿਆਂਦਾ ਜਾਵੇ ਅਤੇ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ। ਹਾਲੇ ਕਿਸਾਨ ਆਪਣੀਆਂ ਮੰਗਾਂ ਅਤੇ ਰੋਸ ਪ੍ਰਦਰਸ਼ਨਾਂ ਬਾਰੇ ਮੀਡੀਆ ਨੂੰ ਜਾਣਕਾਰੀ ਦੇ ਹੀ ਰਹੇ ਸਨ ਕਿ ਇਸੇ ਵਿਚਾਲੇ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਟਵੀਟ ਆਇਆ ਜਿਸ 'ਚ ਉਹਨਾਂ ਕਿਸਾਨਾਂ 'ਤੇ ਤਿੱਖੀ ਟਿੱਪਣੀ ਕੀਤੀ ਸੀ। CM ਮਾਨ ਨੇ ਟਵੀਟ ਕੀਤਾ ਕਿ ਮੇਰੀ ਕਿਸਾਨ ਯੂਨੀਅਨਾਂ ਨੂੰ ਬੇਨਤੀ ਹੈ ਕਿ ਹਰ ਗੱਲ 'ਤੇ ਸੜਕਾਂ ਰੋਕ ਕੇ ਆਮ ਲੋਕਾਂ ਨੂੰ ਆਪਣੇ ਵਿਰੁੱਧ ਨਾ ਕਰੋ। ਸਰਕਾਰ ਨਾਲ ਗੱਲ ਕਰਨ ਲਈ ਚੰਡੀਗੜ੍ਹ ਦਾ ਪੰਜਾਬ ਭਵਨ, ਸੈਕਟਰੀਏਟ, ਖੇਤੀਬਾੜੀ ਮੰਤਰੀ ਦਾ ਦਫ਼ਤਰ ਅਤੇ ਮੇਰਾ ਦਫ਼ਤਰ ਅਤੇ ਘਰ ਮੌਜੂਦ ਹੈ, ਨਾ ਕਿ ਸੜਕਾਂ। ਜੇ ਇਹੀ ਰਵੱਈਆ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦ ਤੁਹਾਨੂੰ ਧਰਨੇ ਵਾਸਤੇ ਬੰਦੇ ਨਹੀਂ ਲੱਭਣੇ। ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝੋ। CM ਦੀ ਇਸ ਤਿੱਖੀ ਟਿੱਪਣੀ 'ਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਵੀ ਪਲਟਵਾਰ ਕੀਤਾ। ਉਹਨਾਂ ਕਿਹਾ ਕਿ ਸੜਕਾਂ 'ਤੇ ਉਹਨਾਂ ਦਾ ਸ਼ੌਂਕ ਨਹੀਂ, 26 ਨਵੰਬਰ ਨੂੰ ਉਹਨਾਂ ਦੀ ਰਿਹਾਇਸ਼ ਘੇਰ ਕੇ ਕਿਸਾਨ ਇਹ ਉਲਾਮਾ ਵੀ ਦੂਰ ਕਰ ਦੇਣਗੇ। ਭਗਵੰਤ ਮਾਨ ਜੀ ਨੇ ਹੁਣੇ ਹੀ ਖਬਰ ਮੇਰੇ ਕੋਲ ਆਈ ਆ, ਟਵੀਟ ਕੀਤੀ ਆ। ਉਹਨਾਂ ਨੇ ਕਿਹਾ ਮੇਰੀ ਕਿਸਾਨ ਯੂਨੀਅਨ ਨੇ ਉਹਨੂੰ ਬੇਨਤੀ ਆ ਕਿ ਸੜਕਾਂ ਰੋਕ ਕੇ ਨਾ ਰੋਕੋ। ਸੜਕਾਂ ਕੋਈ ਅਸੀਂ ਸ਼ੌਂਕ ਨਾਲ ਨਹੀਂ ਰੋਕਦੇ, ਬਕਾਇਦਾ ਅਸੀਂ ਅਲਟੀਮੇਟਮ ਦੇ ਕੇ ਰੋਕਦੇ ਹਾਂ। ਅਸੀਂ ਖੇਤੀਬਾੜੀ ਮੰਤਰੀ ਨੂੰ 2 ਵਾਰੀ ਮਿਲੇ ਹਾਂ ਵੀ ਮਿੱਲਾਂ ਚਾਲੂ ਕਰ ਦਿਉ, ਗੰਨੇ ਦਾ ਰੇਟ ਵਧਾ ਦਿਉ, ਪਰ 9 ਤਰੀਕ ਨੂੰ ਵੀ ਮਿਲਿਆ। ਉਹਨਾਂ ਨੇ ਫਿਰ ਸਾਨੂੰ ਕਹਿ ਤਾ ਵੀ 16 ਨੂੰ ਮੀਟਿੰਗ, ਅਸੀਂ 17 ਤੱਕ ਮੁਲਤਵੀ ਕਰਤਾ, ਫਿਰ 17 ਨੂੰ ਵੀ ਤੋਂ ਬਾਅਦ ਅਸੀਂ 21 ਦਾ ਐਲਾਨ ਕੀਤਾ, ਪਰ ਅੱਜ ਮੀਟਿੰਗ ਕੀਤੀ ਆ, ਅੱਜ ਵੀ ਕੋਈ ਐਲਾਨ ਗੰਨੇ ਦਾ ਨਹੀਂ ਕੀਤਾ, ਤਾਂ ਸੜਕਾਂ ਰੋਕੀਆਂ। ਉਹ ਕਹਿੰਦੇ ਮੇਰੇ ਘਰ ਰੋਕੋ, ਅਸੀਂ ਘਰ ਰੋਕਣ ਵੀ ਉੱਦਣ ਆ ਰਹੇ ਹਾਂ, ਕੋਈ ਗੱਲ ਨਹੀਂ ਇਹ ਵੀ ਤੁਹਾਡਾ ਲਾਂਭਾ ਲਾ ਦਾਂਗੇ। ਦੂਜੀ ਗੱਲ ਇਹਨਾਂ ਨੇ ਕਹੀ ਆ, ਤੁਹਾਨੂੰ ਕਿਸਾਨਾਂ ਨੂੰ ਬੰਦੇ ਨਹੀਂ ਮਿਲਣੇ, ਅਸੀਂ 26 ਨੂੰ ਦਿਖਾਵਾਂਗੇ ਬੰਦੇ, 27 ਨੂੰ ਦਿਖਾਵਾਂਗੇ, 28 ਨੂੰ ਦਿਖਾਵਾਂਗੇ ਕਿੰਨੀਆਂ ਟਰਾਲੀਆਂ ਆਉਂਦੀਆਂ ਨੇ, ਇਹ ਭੁਲੇਖੇ 'ਚ ਨਾ ਰਹਿਣ। ਦੂਸਰਾ, ਜਿਹੜੇ ਸਾਡੇ ਪਰਾਲੀ 'ਤੇ ਕੇਸ ਹੋਏ ਨੇ, ਉਹ ਵੀ ਅਸੀਂ ਕਹਿੰਦੇ ਹਾਂ ਵੀ ਉਹਨਾਂ ਨੂੰ ਵਾਪਸ ਲਿਆ ਜਾਵੇ ਤੁਰੰਤ। ਇਹਦੇ 'ਤੇ ਸਾਡਾ ਕੋਈ ਕਸੂਰ ਨਹੀਂ, ਕਿਉਂਕਿ ਜਿਹੜੀਆਂ NGT ਦੀਆਂ ਸ਼ਰਤਾਂ ਇਹ ਸਰਕਾਰਾਂ ਨੇ ਪੂਰੀਆਂ ਨਹੀਂ ਕੀਤੀਆਂ, ਉਹਦੇ ਕਰਕੇ ਸਾਨੂੰ ਪਰਾਲੀ ਨੂੰ ਅੱਗ ਲਾਉਣੀ ਪਈ ਆ। ਅਸੀਂ ਇਹ ਵੀ ਕਹਿੰਦੇ ਵੀ ਸਾਰੇ ਜਿਹੜੇ ਪਰਚੇ ਆ ਸਾਡੇ ਇਹ ਵਾਪਸ ਲਏ ਜਾਣ, ਜਿਹੜੀਆਂ ਰੈੱਡ ਐਂਟਰੀਆਂ, ਜੁਰਮਾਨੇ ਕੋਈ ਆ ਕੁਛ ਵੀ ਆ, ਉਹ ਫੌਰੀ ਤੌਰ 'ਤੇ ਵਾਪਸ ਲਏ ਜਾਣੇ ਚਾਹੀਦੇ। ਦੂਜੇ ਪਾਸੇ ਜਲੰਧਰ 'ਚ ਗੰਨਾ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ ਹੈ। ਸਰਕਾਰ ਨਾਲ ਕਿਸਾਨਾਂ ਦੀ ਸਹਿਮਤੀ ਹਾਲੇ ਤੱਕ ਬਣ ਨਹੀਂ ਸਕੀ, ਜਿਸ ਕਰਕੇ ਰਾਤ ਭਰ ਵੀ ਕਿਸਾਨ ਸੜਕਾਂ 'ਤੇ ਡਟੇ ਰਹੇ। ਐਸੇ ਕਰਕੇ ਪੁਲਿਸ ਨੇ ਲੋਕਾਂ ਨੂੰ ਬਦਲਵੇਂ ਰੂਟ ਅਪਣਾਉਣ ਦੇ ਲਈ ਕਿਹਾ, ਪਰ ਸਵਾਲ ਇਹੀ ਹੈ ਕਿ ਜਿਸ ਤਰੀਕੇ ਨਾਲ CM ਅਤੇ ਕਿਸਾਨ ਆਮੋ ਸਾਹਮਣੇ ਹੁੰਦੇ ਨਜ਼ਰ ਆ ਰਹੇ ਨੇ,
ਉਸ ਨਾਲ ਇਹ ਮਸਲੇ ਕਿਵੇਂ ਅਤੇ ਕਦੋਂ ਤੱਕ ਹੱਲ ਹੁੰਦੇ ਨੇ ਇਹ ਵੇਖਣਾ ਹੋਵੇਗਾ। ਜਲੰਧਰ ਤੋਂ ਪ੍ਰਭਮੀਤ ਸਿੰਘ ਦੇ ਨਾਲ ਰਮਨਦੀਪ ਸ਼ਰਮਾ, ਪੀਟੀਸੀ ਨਿਊਜ਼, ਚੰਡੀਗੜ੍ਹ।